ਚੱਲ ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ, ਇਹਨੇ ਦਮਾਲਾ ਲਾ ਤਾਂ ਮੇਰਾ ਕੇਸ ਖਿਲਾਰ ਅਤੇ ਮੈਂ ਜੀ ਸ਼ਸਤਰ ਮਾਰ ਹੋ ਗਿਆ ਜੀ ਮੈਥੋਂ। ਪੰਜਾਬ ਦੇ ਵਿੱਚ ਮੌਤਾਂ ਦਾ ਹੜ੍ਹ ਇਸ ਤਰ੍ਹਾਂ ਆਇਆ ਵਾ ਕਿ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਕੁ ਕਲਯੁਗ ਹੈ। ਇਸ ਮੁੰਡੇ ਨੇ ਆਪਣੇ ਆਪ ਦੱਸਿਆ ਹੈ ਕਿ ਇਸ ਨੇ ਆਪਣੇ ਹੀ ਸਕੇ ਮਾਸੀ ਦੇ ਮੁੰਡੇ ਦਾ ਕਤਲ ਕਰ ਦਿੱਤਾ ਹੈ। ਇਸ ਨੇ ਦੱਸੀ ਪੂਰੀ ਕਹਾਣੀ ਐਕਚੁਲੀ ਕਿਉਂ ਇਸ ਨੇ ਕਰ ਦਿੱਤਾ, ਅਤੇ ਹੁਣ ਇਹਨੇ ਆਪ ਸਾਰਿਆਂ ਦੇ ਸਾਹਮਣੇ ਮੰਨਿਆ ਹੈ ਕਿ ਇਸ ਨੇ ਇਹਦਾ ਕਤਲ ਕਿਉਂ ਕੀਤਾ ਹੈ। ਅਤੇ ਪਰਿਵਾਰ ਸਾਰਾ ਪਿੰਡ ਵਾਲੇ ਸਾਰੇ ਇਕੱਠੇ ਆ ਕਿ ਇਹ ਇਕੱਠੇ ਗੁਰਦੁਆਰਾ ਸਾਹਿਬ ਸੇਵਾ ਕਰਨ ਗਏ ਸੀ, ਉੱਥੋਂ ਵਾਪਸ ਆਉਂਦੇ ਸੀ, ਆਉਂਦਿਆਂ ਆਹ ਕਿਹੜੀ ਗੱਲ ਹੋ ਗਈ ਜਿਸ ਕਰਕੇ ਇਸ ਨੂੰ ਮੁੰਡੇ ਦਾ ਕਤਲ ਕਰਨਾ ਪਿਆ। ਆਪਾਂ ਸੁਣਦੇ ਹਾਂ ਇਸ ਮਾਸੀ ਦੇ ਮੁੰਡੇ ਕੋਲੋਂ ਕਿ ਇਸ ਨੇ ਇਹ ਘਟਨਾ ਨੂੰ ਕਿਉਂ ਇਲਜ਼ਾਮ ਦਿੱਤਾ, ਅਤੇ ਆਪਾਂ ਸੁਣਦੇ ਹਾਂ ਇਸ ਦੇ ਮੂੰਹੋਂ। ਮੌਤ ਇੱਦਾਂ ਹੀ ਹੋਈ ਹੈ ਜੀ, ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ, ਮਤਲਬ ਸੇਵਾ ਕਰਨ ਗਏ ਸੀਗੇ, ਅਤੇ ਆਉਂਦੇ 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 ਹੋਏ ਇੱਥੇ ਭਵਾਨੀਪੁਰ ਲੱਗ ਗਏ। ਇਹ ਕਹਿੰਦਾ ਵੀ ਐਂ ਜਿਉਂ ਵੀ ਨਸ਼ਾ ਮੈਂ ਕਰਨਾ, ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ, ਵੀ ਇਹ ਕਹਿੰਦਾ ਮੈਂ ਲੈਣ ਜਾਣਾ। ਮੈਂ ਕਿਹਾ ਤੂੰ ਕਾਹਤੋਂ ਲੈਣ ਜਾਣਾ? ਮਤਲਬ ਨਸ਼ਿਆਂ ਦਾ ਆਦੀ ਸੀਗਾ? ਹਾਂ, ਨਸ਼ਿਆਂ ਦਾ ਆਦੀ ਸੀਗਾ ਜੀ। ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰਨੀ, ਇਹਨੇ ਰੋਕ ਲਿਆ ਮੋਟਰਸਾਈਕਲ, ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ, ਇਹਨੇ ਦਮਾਲਾ ਲਾ ਤਾਂ ਮੇਰਾ ਕੇਸ ਖਿਲਾਰ ਅਤੇ ਮੈਂ ਜੀ ਸ਼ਸਤਰ ਮਾਰ ਹੋ ਗਿਆ ਜੀ ਮੇਰੇ ਤੋਂ।